ਨਾਮ ਹੈ ਵੀਰੇ ਤੁਹਾਡਾ? ਸੁਖਵੀਰ ਸਿੰਘ ਹੈ ਜੀ। ਸੁਖਵੀਰ ਸਿੰਘ, ਜਿਹੜਾ ਮਾਮਲਾ ਤੁਹਾਡਾ ਰਾਤ ਲਿਆਣਾ ਤੇ ਤੁਹਾਡਾ ਕਲਰ ਭੈਣੀ ਦਾ ਮਾਮਲਾ ਚੱਲ ਰਿਹਾ, ਕੀ ਮਾਮਲਾ ਹੈਗਾ ਨਹਿਰੀ ਖਾਲ ਨਾਲ? ਇਹ ਮਾਮਲਾ ਕੋਈ ਖਾਸ ਵੱਡੀ ਗੱਲ ਨਹੀਂ ਜੀ, ਇਹ ਸਿਰਫ ਦੋ ਤਿੰਨ ਬੰਦੇ ਸਾਨੂੰ ਹੈਰਾਨ ਕਰ ਰਹੇ ਨੇ। 8 ਕਿੱਲੇ 8 ਏਕੜ ਦਾ ਇਹ ਮਸਲਾ ਸਾਰੇ ਹੀ, ਠੀਕ ਹੈ ਜੀ। ਅਤੇ ਅੱਗੋਂ ਉਹ ਮੰਨ ਨਹੀਂ ਰਹੇ, ਮਤਲਬ ਵੀ ਇੱਕ ਸਾਈਡ ਤੋਂ ਨਹੀਂ ਚੱਲ ਰਹੇ ਹੈਗੇ। ਉਹਨਾਂ ਨੇ ਵਿਚਾਲੇ ਆ ਕੇ ਹੀ 8 ਕਿੱਲਿਆਂ 'ਚ ਇਹ ਜੱਬ ਪਾਏ ਵੀ ਇੱਥੇ ਆ ਕੇ ਸਾਨੂੰ ਘੱਟੋ ਘੱਟ ਵੀ 33 ਫੁੱਟ ਜਾਂ 44 ਫੁੱਟ ਜਗ੍ਹਾ ਦਿੱਤੀ ਜਾਵੇ, ਅਤੇ ਪਿੱਛੇ ਵੀ 5-6 ਫੁੱਟ ਹੈ। ਅਤੇ ਗਾਹਾਂ ਤੋਂ ਕਹਿੰਦੇ ਵੀ ਸਾਡੇ ਪਿੰਡ ਦੀ ਸਹਿਮਤੀ ਆ ਆਪਣੀ, ਉਹ ਆਪਣੇ ਤੌਰ 'ਤੇ ਹੀ ਸਹਿਮਤੀ ਕਰੀ ਫਿਰਦੇ ਨੇ, ਜਦਕਿ ਉੱਥੇ ਕੋਈ ਸਹਿਮਤੀ ਨਹੀਂ, ਕੋਈ ਮਿਣਤੀ ਨਹੀਂ, ਕੋਈ ਠੱਡਾ ਨਹੀਂ, ਕੋਈ ਕੁਛ ਨਹੀਂ, ਠੀਕ ਹੈ ਜੀ। ਵਾਰੰਟ ਕਬਜ਼ਾ ਦਾ ਤੁਹਾਡਾ ਆਇਆ ਹੋਇਆ? ਹਾਂ ਜੀ, ਵਾਰੰਟ ਕਬਜ਼ਾ ਸਾਡਾ ਆਇਆ ਹੋਇਆ ਜੀ, ਉਹ ਵੀ ਮਤਲਬ ਧੱਕੇ ਨਾਲ ਹੀ ਜੀ, ਆਪਣੇ ਆਪਣੇ 8 ਕਿੱਲਿਆਂ 'ਚ ਕਹਿੰਦੇ ਨੇ ਜੀ ਉਹ। ਹਾਂ, ਸਿਰੇ ਤੋਂ ਸਿਰੇ ਤੱਕ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ। ਹੁਣ ਕਿੰਨੀ ਏਕੜ ਨੂੰ ਤੁਹਾਡੀ ਸਹਿਮਤੀ ਬਣਦੀ ਹੈ ਜਾਂ ਕੋਈ ਕੀ ਮੰਗ ਰੱਖਦੇ ਹੋ? ਅਸੀਂ ਮੰਗ ਇਹ ਰੱਖਦੇ ਹਾਂ ਵੀ ਜ਼ਿਆਦਾ ਸਿਰੇ ਦੀ ਸਿਰੇ ਹੋਵੇ ਜੀ, ਇੱਕ ਪਾਸੋਂ ਲੱਗ ਜਾਣ ਸਿਰੇ ਤੱਕ ਜਾਣ, ਅਤੇ ਜਾਂ ਦੂਜੀ ਸਹਿਮਤੀ ਕੱਲ੍ਹ ਬਣੀ ਸੀਗੀ, ਪਰਸੋਂ ਵੀ ਬਣੀ ਸੀਗੀ, ਅਤੇ ਮਤਲਬ ਵੀ 22 ਫੁੱਟ 'ਤੇ ਸਹਿਮਤੀ ਬਣ ਗਈ ਸੀ। ਅਸੀਂ ਉਹਨਾਂ ਨੂੰ ਬੇਨਤੀ ਕਰੀ ਸੀ ਵੀ ਸਾਨੂੰ ਝੋਨਾ ਵੱਢ ਲੈਣ ਦਿਉ, ਅਤੇ ਉਹ ਤੋਂ ਬਾਅਦ ਮਤਲਬ ਆਪਣਾ ਤੁਸੀਂ 22 ਫੁੱਟ ਜਗ੍ਹਾ ਤੁਹਾਨੂੰ ਦੇ ਦਾਂਗੇ ਮਿੱਟੀ ਪਾਉਣ ਨੂੰ, ਠੀਕ ਹੈ। ਠੱਡੇ ਭਾਵੇਂ ਉਹ ਅੱਜ ਲਾ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ ਸੀ। ਕਿਸਾਨ ਯੂਨੀਅਨ ਵਾਲੇ MLA ਦਾ ਨਾਮ ਲੈ ਕੇ ਧਰਨੇ ਮੁਜ਼ਾਹਰੇ ਕਰਦੇ ਜਾ ਰਹੇ, ਉਹ ਕੀ ਮਾਮਲਾ? ਨਹੀਂ ਨਹੀਂ ਜੀ, ਇਹ MLA ਦਾ ਕੋਈ ਇਹ 'ਚ ਰੋਲ ਨਹੀਂ ਹੈਗਾ, ਇਹ ਸਿਰਫ 2 ਪਿੰਡਾਂ ਦਾ। ਇੱਕ ਮੁੰਡਾ ਹੈ ਜੀ ਦਲਵੀਰ ਸਿੰਘ UK, ਜੋ ਕਿ ਮਤਲਬ ਸਾਰੀ ਗੇਮ ਇਹ ਉਲਟ ਪਾ ਰਿਹਾ, ਅਤੇ ਉਹ ਧਮਕੀਆਂ ਧੁਮਕੀਆਂ ਵੀ ਮਤਲਬ ਕਰ ਰਿਹਾ ਉੱਤੇ ਬੰਦਿਆਂ ਨਾਲ ਗੱਲਾਂ ਬਾਤਾਂ। ਹਾਂਜੀ, ਇਹਦੇ ਵਿੱਚ MLA ਸਾਹਿਬ ਦਾ ਕੋਈ ਰੋਲ ਨਹੀਂ। ਕੀ ਨਾਮ ਹੈ ਬਾਬਾ ਤੇਰਾ? ਬਲਦੇਵ ਸਿੰਘ ਹੈ ਜੀ। ਬਾਬਾ, ਕੀ ਮਸਲਾ ਤੁਹਾਡੇ ਪਿੰਡ ਦਾ? ਸਾਡੇ ਪਿੰਡ ਦਾ ਕੀ ਮਸਲਾ ਜੀ, ਧੱਕਾ ਕਰ ਰਹੇ ਨੇ ਸਾਡੇ ਨਾਲ 8 ਏਕੜ ਦੇ ਵਿੱਚ ਦੀ। ਇੱਕ ਪਾਸੇ ਦੇ ਸਾਡੇ ਕਨੀ ਦੀ ਖਾਲ ਕੱਢਣ ਨੂੰ ਕਰਦੇ ਨੇ, ਇੱਧਰ ਸਾਰਾ ਛੱਡੀ ਖੜੇ ਨੇ, ਸਾਰੀ ਸਾਡੇ ਕਨੀ ਧੱਕਤਾ ਹੈ ਜੀ। ਮਗਰੋਂ ਜਿਤਨਾ ਖਾਲ ਲਿਆਏ ਨੇ ਅਸੀਂ ਉਤਨਾ ਦਾ ਸਹਿਮਤ ਹਾਂ ਉਹਨਾਂ ਨਾਲ, ਹੈਂ। ਅੱਗੇ ਜਾ ਕੇ ਸਾਰਾ ਇੱਧਰ ਇੱਧਰ ਆਉਂਦੇ ਨੇ ਸਾਡੇ ਕਨੀ, ਅਸੀਂ ਨਾਲੇ ਉਹਨਾਂ ਨੂੰ ਛੱਡਣ ਨੂੰ ਵੀ ਤਿਆਰ ਹਾਂ, ਖਾਲ ਨੂੰ ਕੋਈ ਰੋਕਿਆ ਨਹੀਂ ਉਹਨਾਂ ਨੇ, ਹੈ ਜੀ। ਇਹ ਜੀ ਗੱਲਾਂ ਇਸ ਤਰ੍ਹਾਂ ਦੀ ਹੋ ਰਹੀਆਂ ਨੇ। 8 ਏਕੜ 'ਚ ਕਢਾਉਂਦੇ ਨੇ ਉਹ ਖਾਲ, ਇਕੱਲਾ ਸਾਡੇ ਨਾਲ ਵਿਚਾਲੇ ਅੱਗੇ ਛੱਡਦੇ ਨੇ, ਪਿੱਛੇ ਛੱਡਦੇ ਨੇ। ਐਂ ਕਿੰਨਾ ਛਡਾਉਣਾ ਚਾਹੁੰਦੇ? ਸਾਡੇ ਤੋਂ 44 ਫੁੱਟ ਛਡਾਉਣਾ ਚਾਹੁੰਦੇ ਨੇ ਜੀ, ਗੈਲੇ ਸਾਰੀ ਉਹ 15-16 ਫੁੱਟ ਲਿਆਏ ਨੇ ਕੱਢ ਕੇ ਸਾਰੀ ਖਾਲ। ਹੁਣ ਤੁਸੀਂ ਚਾਹੁੰਦੇ ਕੀ ਹੋ? ਅਸੀਂ ਜੀ ਤਾਂ ਜਿਤਨਾ ਮਗਰੋਂ ਖਾਲ ਆਇਆ ਅਸੀਂ ਇਤਨਾ ਚਾਹੁੰਦੇ ਹਾਂ ਵੀ ਇਤਨਾ ਲੈ ਜਾਓ, ਸਾਡੀ ਰਜੇਬੰਦੀ ਹੈ ਨਾ, ਕੋਈ ਉਹ ਨਹੀਂ। ਪਰ ਜਥੇਬੰਦੀਆਂ ਵਿਰੋਧ ਕਰ ਰਹੀਆਂ ਜੀ, ਉਹ ਖਾਮਖਾਈ ਕਰ ਰਹੀਆਂ ਨੇ, ਉਹ ਤਾਂ ਇਹਨਾਂ ਵਾਸਤੇ, ਸਰਕਾਰ ਵਾਸਤੇ, ਸਾਡੇ ਵਾਸਤੇ ਧੱਕਾ ਕਰ ਰਹੇ ਨੇ ਉਹ ਸਾਡੇ ਨਾਲ, ਗਰੀਬ ਬੰਦਿਆਂ ਨਾਲ। ਹੈਂ, ਸਾਡਾ ਕੀ ਉੱਥੇ ਜ਼ੋਰ ਚੱਲਦਾ ਜੀ ਗਰੀਬ ਦਾ? 4 ਬੰਦਿਆਂ ਦਾ ਕੀ ਹੁੰਦਾ ਹੈ, 4 ਘਰਾਂ ਦਾ? 8 ਏਕੜ 'ਚ ਜ਼ਮੀਨ ਹੈ, ਉਹੀ ਸਾਡੀ ਖੋਸਣ ਨੂੰ ਚਾਰੇ ਨੇ ਇਹ। ਪਰ ਸਰਕਾਰ ਤਾਂ ਨਹਿਰੀ ਪਾਣੀ ਪਹੁੰਚਾਉਣ? ਹਾਂ, ਸਰਕਾਰ ਹੀ ਨਹਿਰੀ ਪਾਣੀ ਲੈ ਜਾਓ, ਅਸੀਂ ਬੜੇ ਰਾਜੀ ਹਾਂ ਜੀ, ਦਿੰਦੇ ਹਾਂ ਪਾਣੀ, ਅਸੀਂ ਕੋਈ ਰੋਕ ਨਹੀਂ ਪਾਣੀ ਨੂੰ ਲਾਈ, ਕਦੇ ਵੀ ਨਹੀਂ ਲਾਈ, ਪਹਿਲਾਂ ਵੀ ਨਹੀਂ ਲਾਈ। ਉਹਨਾਂ ਨੂੰ ਕਹਿੰਦੇ ਵੀ ਨਿਊ ਲੈ ਜਾਓ, ਜਿੱਥੇ ਦੀ ਪਾਣੀ ਗਿਆ ਹੋਇਆ ਉਤਨਾ ਲੈ ਜਾਓ। ਮੈਂ ਆਪ ਕਿਹਾ ਵੀ 4-5 ਫੁੱਟ ਚਾਹੇ ਸਾਡੇ ਕਨੀ ਵੱਧ ਮਿੱਟੀ ਲਾ ਲਿਓ, ਕੋਈ ਗੱਲ ਨਹੀਂ, ਕੀ ਫਰਕ ਪੈਂਦਾ 5-4 ਫੁੱਟ ਨਾਲ? ਉਹ ਕੋਈ ਮੰਨ ਨਹੀਂ ਰਹੇ ਜੀ, ਉਹ ਸਾਡੇ ਨਾਲ ਧੱਕੇਬਾਜ਼ੀ ਕਰ ਰਹੇ ਨੇ। 40 ਫੁੱਟ 'ਤੇ ਕਹਿੰਦਾ ਅਸੀਂ 40 ਹੀ ਲੈਣੀ ਹੈ, ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਨੇ ਸਾਡੇ ਨਾਲ ਜੀ। ਕੀ ਨਾਮ ਹੈ? ਜਰਨੈਲ ਸਿੰਘ ਹੈ ਜੀ। ਕਿਹੜਾ ਪਿੰਡ ਹੈ? ਰਿਆਤ ਲੈਣਾ ਜੀ। ਬਾਬਾ, ਕੀ ਮਾਮਲਾ ਪਿੰਡ? ਮਾਮਲਾ ਜੀ ਵਾਇਆ ਨਹਿਰੀ ਖਾਲ ਕਾਹਦਾ, ਜਿਸ ਤਰ੍ਹਾਂ ਜੇ ਪਿੱਛੇ ਦਾ ਜਿਸ ਤਰ੍ਹਾਂ ਲਿਆ ਮੈਂ ਉਸ ਤਰ੍ਹਾਂ ਗਾ ਲੈ ਜਾਂਦੇ ਬਸ, ਪੂਰਾ ਆ ਕੇ ਇਹਨਾਂ ਨੇ ਵਾਧਾ ਵਧਾ ਲਿਆ, ਵੱਧ ਛਡਾਉਣ ਲੱਗੇ 44 ਫੁੱਟ ਗਏ ਇਹ ਅਗਾਂਹ ਅੱਕੇ ਕੇ ਨਹੀਂ ਕਰਦੇ ਨੇ ਜੀ ਅੱਗੇ। ਕਿੰਨੇ ਫੁੱਟ, ਕਿੰਨੇ ਏਕੜ ਜ਼ਮੀਨ ਹੈ ਤੁਹਾਡੀ? ਕਿਹੜੀ ਏਕੜ ਹੈ ਜੀ? 4 ਏਕੜ ਮੇਰੀ ਤੋਂ, 8 ਏਕੜ ਦਾ ਰੌਲਾ ਆਇਆ ਸਾਰਾ। 8 ਏਕੜ ਦਾ? ਹਾਂ ਹਾਂ, ਬਰੰਟ ਕਬਜ਼ਾ ਜੀ 8 ਏਕੜ ਦਾ ਲਿਆ ਕੇ। ਸਹਿਮਤੀ ਕਿਵੇਂ ਬਣਦੀ ਆ? ਸਹਿਮਤੀ ਜੀ ਬਣੀ ਦੀ 22 ਫੁੱਟ ਪਏ, ਫਿਰ ਉਹ ਫੇਰ ਰੌਲਾ ਪਾ ਲਿਆ ਉਹਨਾਂ ਨੇ, ਕਿ ਜੀਰੀ ਵੱਢਾਂਗੇ। ਜਵਾਬ ਮੈਨੇ ਕਿਹਾ ਵੀ ਜੀਰੀ ਮੈਨੂੰ ਵੱਢ ਲੈਣ ਦਿਓ, ਵੀ ਛੱਡੇ ਲਾ ਲਿਓ ਆਪਣੇ, ਫਿਰ ਉਹ ਤਾਂ ਪ੍ਰਸ਼ਾਸਨ ਦੇ ਖਿਲਾਫ ਬੈਠੇ ਨੇ। ਹਾਂ ਹਾਂ, ਧਰਨਾ ਲਾਈ ਬੈਠੇ ਜੀ। ਹਾਂ, ਉਹ ਕਿਉਂ ਬੈਠੇ ਨੇ ਫਿਰ? ਬੈਠੇ ਬਸ ਗਏ ਵੀ MLA ਇਹਨਾਂ ਕੀ ਮੇਅਰ ਕਰਦਾ, ਫਿਰ ਉਹ ਬਰੰਟ ਕਬਜ਼ਾ ਮਿਲ ਜਾਂਦਾ। MLA ਮੇਅਰ ਕਰਦਾ ਤੁਹਾਡੀ? ਨਾ ਜੀ, ਜੇ ਮਾਰੀ ਮੇਅਰ ਕਰਦਾ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਮਿਲਦਾ ਬਰੰਟ ਕਬਜ਼ਾ?